ਗੁਰਦੁਆਰਾ ਸਾਹਿਬ 'ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਨੁਕਸਾਨੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕੁਲਵੰਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਸੁਖਾਸਨ ਕਮਰੇ ਦੇ ਵਿੱਚ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਪੱਖਾ ਚਾਲੂ ਕਰ ਦਿੱਤਾ ਗਿਆ, ਪਰ ਰਾਤ ਸਮੇਂ ਪੱਖਾ ਖਰਾਬ ਹੋ ਗਿਆ ਜਿਸ ਕਾਰਨ ਸ਼ਾਰਟ ਸਰਕਟ ਹੋ ਗਿਆ ਤੇ ਅੱਗ ਲੱਗ ਗਈ। ਹੌਲੀ ਹੌਲੀ ਅੱਗ ਪਾਵਨ ਸਰੂਪਾਂ ਤੱਕ ਪਹੁੰਚ ਗਈ ਜਿਸ ਕਾਰਨ ਪਾਵਨ ਸਰੂਪਾਂ ਨੂੰ ਅੱਗ ਕਾਰਨ ਨੁਕਸਾਨ ਹੋ ਗਿਆ ਅਤੇ ਸਵੇਰ ਵੇਲੇ ਜਦੋਂ ਪਾਠੀ ਸਿੰਘ ਆਏ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਤੋਂ ਧੂੰਆਂ ਨਿਕਲਦਾ ਵੇਖਿਆ ਤਾਂ ਹੋਰ ਲੋਕਾਂ ਨੂੰ ਬੁਲਾ ਕੇ ਅੱਗ ਤੇ ਕਾਬੂ ਪਾਇਆ ਗਿਆ ਅਤੇ ਪਾਵਨ ਸਰੂਪਾਂ ਨੂੰ ਥੱਲੇ ਵਾਲੇ ਕਮਰੇ 'ਚ ਲਿਆਂਦਾ ਗਿਆ। ਗਨੀਮਤ ਇਹ ਰਹੀ ਕਿ ਥੋੜਾ ਹੀ ਨੁਕਸਾਨ ਹੋਇਆ, ਨਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਲ ਕੇ ਰਾਖ ਹੋ ਜਾਂਦੇ। ਘਟਨਾ ਤੋਂ ਬਾਅਦ SGPC ਮੈਂਬਰ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕਬਜ਼ੇ 'ਚ ਲਿਆ ਅਤੇ ਹੁਣ ਅਰਦਾਸ ਤੋਂ ਬਾਅਦ ਗੋਇੰਦਵਾਲ ਸਾਹਿਬ ਦੇ ਲਈ ਪਾਲਕੀ ਸਾਹਿਬ ਦੇ ਵਿੱਚ ਰੱਖ ਕੇ ਸੰਸਕਾਰ ਕਰਨ ਲਈ ਰਵਾਨਾ ਕੀਤਾ ਗਿਆ ਅਤੇ ਸੰਗਤ ਨੇ ਨਮ ਅੱਖਾਂ ਦੇ ਨਾਲ ਵਿਦਾਇਗੀ ਦਿੱਤੀ। ਇਹ ਘਟਨਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਬੱਲਾਚੌਰ ਦੇ ਪਿੰਡ ਮਹਿਮੂਦਪੁਰ ਮੰਡਾਰ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਵਾਪਰੀ। ਇਹ ਜੀ ਰਾਤ ਨੂੰ ਜਦ ਬੰਦ ਕਰਕੇ ਗਏ ਆ ਤਾਂ ਬਾਅਦ ਵਿੱਚ ਕਿਤੇ ਪੱਖਾ ਚੱਲਦਾ ਰਹਿ ਗਿਆ ਉੱਪਰ ਸੱਚਖੰਡ ਵਾਲਾ ਜਿਹੜਾ ਦੀਵਾਰ ਨਾਲ ਲੱਗਿਆ ਹੁੰਦਾ, ਉਹ ਬਾਅਦ 'ਚ ਕਿਤੇ ਸ਼ੋਰਟ ਹੋ ਗਿਆ। ਜਦ ਮੈਂ ਸਵੇਰੇ 3:30 ਵਜੇ ਆਇਆ ਸੀ ਤਾਂ ਆ ਕੇ ਜਦ ਖੋਲ੍ਹਿਆ ਤਾਂ ਧੂੰ ਸੀਗਾ ਅੰਦਰ, ਫਿਰ ਦੇਖਿਆ 2 ਵਜੇ ਦਾ ਮੈਨੂੰ ਉੱਤੇ ਅੱਗ ਪਈ ਸੀਗੀ, ਫਿਰ ਸੈਰ ਉੱਤੇ ਕੀਤਾ ਉਹ ਸਾਰ ਕੁਛ। ਅਗਨ ਭੇਟ ਸੇਕ ਮਾੜਾ ਮੋਟਾ ਲੱਗਾ ਬਾਹਰ, ਲੇਕਿਨ 3 ਸਰੂਪ ਸੀਗੇ ਇੱਥੇ, 3 ਹੀ ਅਤੇ 3 ਉਹ ਹੀ ਆ ਜਿਹੜੇ ਚੈੱਕ ਕਰਕੇ ਆਏ। ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਤਾਲੇ ਲੱਗੇ, ਤਾਲੇ ਬਾਹਰ ਲੱਗੇ ਸੀਗੇ, ਸਵੇਰੇ ਆ ਕੇ ਮੈਂ ਤਾਲੇ ਖੋਲ੍ਹੇ। ਅਸੀਂ ਮੰਗ ਕੋਈ ਨਹੀਂ ਕਰਦੇ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿਹੜੀ ਸਾਂਭ ਸੰਭਾਲ ਹੈ ਹੋਰ ਵਧੀਆ ਹੋਣੀ ਚਾਹੀਦੀ ਆ, ਅਤੇ ਜਿੱਦਾਂ ਇਹ ਹੋਰ ਸ਼ੋਰਟ ਹੋਇਆ ਇਹ ਨਾ ਹੋਵੇਗਾ, ਇਹ ਬੇਨਤੀ ਕਰਦੇ ਹਾਂ ਪਰਮਾਤਮਾ ਅੱਗੇ, ਅਰਦਾਸ ਹੀ ਕਰਦੇ ਹਾਂ ਵੀ ਇਹ ਹੋਇਆ ਮਾੜਾ, ਇੱਦਾਂ ਨਹੀਂ ਹੋਣਾ ਚਾਹੀਦਾ। ਜ਼ਿਆਦਾ ਨੁਕਸਾਨ ਵੀ ਹੋ ਸਕਦਾ ਸੀ, ਸਰੂਪਾਂ ਦੀ ਵੀ ਅਗਰ ਭੇਟ ਹੋ ਸਕਦਾ ਸੀ, ਪਰ ਚਲੋ ਬਚ ਗਏ, ਪਰਮਾਤਮਾ ਨੇ ਮਿਹਰ ਕੀਤੀ। ਜਿਹੜੇ ਹੁਣ ਇਹ ਸਰੂਪ ਹੈ ਮਹਾਰਾਜ ਦੇ, ਹਾਂਜੀ, ਇਹ ਹੁਣ ਕਿੱਥੇ ਲਿਜਾ ਰਹੇ ਤੁਸੀਂ ਇਹਨਾਂ ਨੂੰ ਸੰਸਕਾਰ ਕਰਨ ਵਾਸਤੇ? ਇਹ ਅਸੀਂ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਰਿਪੋਰਟ ਦਿੱਤੀ ਸੀਗੀ, ਪੁਲਿਸ ਦੀ ਵੀ ਰਿਪੋਰਟ ਕਰਾਈ ਸੀਗੀ, ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ, ਉਹਨਾਂ ਨੇ ਇੱਥੇ ਗੋਇੰਦਵਾਲ ਸਾਹਿਬ, ਗੋਇੰਦਵਾਲ ਸਾਹਿਬ ਗਏ ਤਾਂ ਕੱਲ੍ਹ ਨੂੰ ਸਵੇਰੇ ਜਾ ਕੇ ਤੁਸੀਂ ਲੈ ਕੇ ਜਾਓਗੇ ਪਿੰਡ ਵਾਸੀ? ਹਾਂ, ਉਹ ਆਉਣਗੇ ਪਿੰਡ ਦੇ ਆਪਣੇ ਸੰਗਤ ਜਾਊਗੀ ਅਤੇ ਸ਼੍ਰੋਮਣੀ ਕਮੇਟੀ ਪ੍ਰਚਾਰ ਕਮੇਟੀ ਦਾ ਜਿਹੜਾ ਮੈਂਬਰ ਉਹ ਜਾਊਗਾ ਨਾਲ, ਇਹ ਬੰਗਿਆ ਤੋਂ ਆ ਚਰਨ ਕਮਲ ਗੁਰਦੁਆਰੇ ਸਾਹਿਬ ਤੋਂ ਆਏ ਸੀਗੇ, ਉਹਨਾਂ ਦੀ ਡਿਊਟੀ ਆਪਣੇ ਇਲਾਕੇ 'ਚ।